ਹਾਂ ਜੀ ਸਾਰਿਆਂ ਨੂੰ, ਅੱਜ ਆਪਾਂ ਹੈਗੇ ਆ ਕੈਲੀਫੋਰਨੀਆ 'ਚ, ਬਿਲਕੁਲ ਪੇਂਡੂ ਏਰੀਏ 'ਚ, ਬਿਲਕੁਲ ਖੇਤਾਂ ਦੇ ਸੈਂਟਰ ਦੇ ਵਿੱਚ। ਕੈਲੀਫੋਰਨੀਆ ਦੀ ਖੇਤੀ ਜਿਹੜੀ ਹੈ ਉਹ ਦੁਨੀਆ 'ਚ ਸਭ ਤੋਂ ਅੱਗੇ ਔਰ ਸਭ ਤੋਂ ਐਡਵਾਂਸ ਖੇਤੀ ਹੁੰਦੀ। ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤੱਕ ਬਦਾਮਾਂ ਦੇ ਔਰ ਅੰਗੂਰਾਂ ਦੇ ਬਾਗ ਬਗੀਚੇ ਆ ਬਹੁਤ। ਕੈਲੀਫੋਰਨੀਆ ਇਕੱਲਾ ਐਸਾ ਸਟੇਟ ਹੈ ਜਿਹੜਾ ਪੂਰਾ ਅਮੈਰੀਕਾ ਨੂੰ ਖਾਣ ਨੂੰ ਦਿੰਦਾ, ਜਿੱਦਾਂ ਪਹਿਲਾਂ ਪੰਜਾਬ ਪੂਰੇ ਇੰਡੀਆ ਨੂੰ ਦਿੰਦਾ ਸੀ। ਜਾਣ ਲੱਗਿਆ ਤੁਹਾਨੂੰ ਮੈਂ ਪੂਰੇ ਬਾਗ ਬਗੀਚੇ ਔਰ ਪੂਰੀ ਖੇਤੀ ਵਾਲੀ ਜਿਹੜੀ ਜ਼ਮੀਨ ਹੈ ਉਹ ਦਿਖਾ ਕੇ ਲੈ ਕੇ ਜਾਵਾਂਗਾ। ਮਸ਼ੀਨਰੀ ਦਾ ਇੱਥੇ ਕੋਈ ਅੰਤ ਨਹੀਂ ਔਰ ਜਿਹੜੀ ਐਡਵਾਂਸ ਤਕਨੀਕ ਹੈ ਉਹਦਾ ਕੋਈ ਅੰਤ ਨਹੀਂ। ਆ ਜੋ ਸਾਰਾ ਇਹ ਫਰਟੀਲਾਈਜ਼ਰ ਹੈ ਪੀਟ ਮੌਸ ਜੋ ਇੱਥੇ ਆਪਾਂ ਡਿਲੀਵਰ ਕੀਤਾ। ਅੱਜ ਆਪਾਂ ਹੈਗੇ ਹਾਂ ਕੈਲੀਫੋਰਨੀਆ 'ਚ ਔਰ ਬਿਲਕੁਲ ਪੇਂਡੂ ਏਰੀਏ 'ਚ, ਅੰਦਰ ਖੇਤਾਂ ਦੇ ਵਿੱਚ ਪੈਲੀਆਂ 'ਚ। ਸੋ ਤੁਹਾਨੂੰ ਕੈਲੀਫੋਰਨੀਆ ਦੇ ਦਰਸ਼ਨ ਕਰਾਉਂਦੇ ਹਾਂ। ਸਾਹਮਣੇ ਅੰਗੂਰਾਂ ਦਾ ਬਾਗ ਹੈ ਪੂਰਾ, ਜਿਹਨੂੰ ਵੈਲ ਡਰੈਸ ਕਹਿ ਸਕਦੇ ਹਾਂ ਆਪਾਂ। ਬਹੁਤ ਵਧੀਆ ਪੂਰੀ ਸਾਂਭ ਸੰਭਾਲ, ਪਿੰਡਾਂ ਦੇ ਰੂਟ ਰਸਤੇ ਸਾਫ਼ ਸੁਥਰੇ, ਪਿੰਡਾਂ ਦੇ ਅੰਦਰ ਤੱਕ ਟਰਾਲੇ ਆਉਂਦੇ ਸਿੱਧੇ। ਕੈਮਰਾ ਚੈੱਕ ਕਰ ਰਿਹਾ ਉਹਦੇ ਵਾਸਤੇ ਸੋਰੀ। ਅੰਗੂਰਾਂ ਦੇ ਬਾਗ ਦੇਖ ਸਕਦੇ ਹੋ ਤੁਸੀਂ।
मेरे राइट साइड से सारे बादामों का ही बाग है। कैलिफोर्निया चों डेली हजारां हजार ट्रेलर निकलते हैं, पूरे अमेरिका और कैनेडा दे ऑलमोस्ट हर स्टेट वास्ते। इन्नी खेती और इन्नी सफिस्टिकेटेड इन्नी तरीके नाल खेती होंदी है कि कदे भी कम शटडाउन या बंद नहीं होंदा पूरा। गवर्नमेंट ने खेती का इन्ना वधिया सिस्टम बनाया हुआ है, क्या बात है। हालांकि पानी इत्थे कमी रहिंदी हमेशा, फिर भी कल्ला कैलिफोर्निया स्टेट है जिथे कदे कदे सफेदे भी दिखते हैं, पूरे पिंडां वाली फीलिंग आती है। साढ़े वाले तो कहते रहे जी कैलिफोर्निया बनावांगे, बना दिता अफगानिस्तान। अंदरले छोटे पिंड भी शहरों वर्गे हैं।